ਹਉ ਮਿਲਦੇ ਯਾਰਾਂ ਨੂੰ ਯਾਰ ਪਾ ਕੇ ਜੱਫੀਆਂ, ਬੈਰੀ ਬੁਰੀ ਆਪਾਂ ਭੜਕਾ ਦਿੰਦੇ ਆ। ਓ ਜਿੰਨਾ ਚਿਰ ਚੁੱਪ ਅਸੀਂ ਚੁੱਪ ਗੋਰੀਏ, ਜਦੋਂ ਹੋਵੇ ਮੂਡ ਸਿਰਾ ਲਾ ਦਿੰਦੇ ਆ। ਐਵੇਂ ਤਾਂ ਨੀ ਆਏ ਨੀ ਫਰੰਟ ਫੁੱਟ ਤੇ, ਲੱਗਿਆ ਨੂੰ ਹੋ ਗਏ ਦੇਖ ਸਾਲ ਕਿੰਨੇ ਨੇ। ਓ ਪੰਜ ਸੱਤ ਦੇ ਖਿਲਾਫ ਦੱਸ ਫੇਰ ਕੀ ਹੋਇਆ, ਨੀ ਇਹ ਵੀ ਦੇਖ ਮਿੱਤਰਾਂ ਦੇ ਨਾਲ ਕਿੰਨੇ ਨੇ। ਪੰਜ ਸੱਤ ਨੇ ਖਿਲਾਫ ਦੱਸ ਫੇਰ ਕੀ ਹੋਇਆ, ਨੀ ਇਹ ਵੀ ਦੇਖ ਮਿੱਤਰਾਂ ਦੇ ਨਾਲ ਕਿੰਨੇ ਨੇ। ਜਿੱਦਾਂ ਬਸ ਛੋਟੀ ਬਾਈ ਕਲਾਸ ਤੋਂ ਹੀ ਬਾਈ ਗਾਉਣ ਦਾ ਸ਼ੌਂਕ ਆ, ਬਾਕੀ ਬਾਈ ਧੋਖਾ ਦੁੱਖਾ ਦਾ ਕੋਈ ਚੱਕਰ ਨਹੀਂ। ਹਾਉ ਜਿਹੜੇ ਰੰਨਾ ਦੇ ਸੀ ਲੱਕ ਮਿਣਦੇ, ਨੀ ਮੈਂ ਆਸਲੇ ਤੇ ਗਾਉਣ ਲਾਤੇ ਨੀ। ਆਓ ਤੇਰੇ ਬੰਬੇ ਬੁੰਬੇ ਵਾਲੇ ਮਿੱਠੀਏ, ਨੀ ਮੈਂ ਮੂਸੇ ਪਿੰਡ ਆਉਣ ਲਾਤੇ ਨੀ। ਤੁਹਾਡੀ ਆਵਾਜ਼ ਜ਼ਿਆਦਾਤਰ ਸਿੱਧੂ ਬਾਈ ਨਾਲ ਮਿਲਦੀ ਵੀ ਆ, ਤੁਹਾਡਾ ਟੱਚ ਵੀ ਉਹੀ ਗਾਣ ਵਾਲਾ, ਤੁਹਾਡੀ ਉਮਰ ਵੀ 21 ਸਾਲ ਆ। ਆਓ ਅਣਖੀ ਆ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ, ਹਉ ਤੇਰੇ 21 ਸਾਲਾਂ ਦੇ ਜੱਟ ਨੂੰ ਹਉ ਬਾਈ ਬਾਈ ਕਹਿੰਦੀ ਦੁਨੀਆ। ਤੁਸੀਂ ਕਿੱਦਾਂ ਦੇ ਗਾਣੇ ਲੈ ਕੇ ਆਓਗੇ ਬਾਈ? ਆਪਾਂ ਹੀ ਗੰਨਾ ਲਈ ਜਿੱਦਾਂ ਨੀ ਵੀਰੇ ਲੋਕਾਂ ਤੇ ਕਈ ਉਈ ਯਾਰ ਰੋਣਾ ਧੋਣਾ ਜਾਂ ਆਪਾਂ ਨੂੰ ਜ਼ਿਆਦਾ ਪਸੰਦ ਨਹੀਂ ਵੀਰੇ। ਆਓ ਰੱਖਣੇ ਨਾ ਆਹੂੰ ਦੇ ਸਾਨੂੰ ਰਿਸ਼ਤੇ ਆ ਫਰਜੀ ਨੀ, ਖੜੇ ਮੱਥੇ ਮਿਲਾਂਗੇ ਤੂੰ ਮਿਲੀ ਜਦੋਂ ਮਰਜੀ। ਹੈ ਨੀ ਜੀ ਚ ਗੱਲ ਬੰਦੇ ਦੀ, ਨਾ ਮੈਂ ਆਓ ਬੰਦੇ ਆਹ ਵਿੱਚ ਬਹਿੰਦਾ, ਜੇ ਪੁੱਛਦੀ ਰਹਿਸ਼ ਗੋਰੀਏ ਨੀ ਮੈਂ ਆਪਣੇ ਆਪ ਵਿੱਚ ਰਹਿੰਦਾ, ਜੇ ਪੁੱਛਦੀ ਰਹਿਸ਼ ਗੋਰੀਏ ਨੀ ਮੈਂ ਆਪਣੇ ਆਪ ਵਿੱਚ ਰਹਿੰਦਾ। ਕਹਿੰਦਾ ਜਦ ਲੰਘਾਂ ਸਾਹੇ ਵਾਂਗੂ ਸਿਰ ਚੱਕੇ ਨਾ ਮੰਡੀਰ, ਨੀ ਮੈਂ ਮਿਰਜੇ ਦੇ ਵਾਂਗੂ ਕੋਲ ਰੱਖਦਾ ਨੀ ਤੀਰ। ਕਹਿੰਦਾ ਜਦ ਲੰਘਾਂ ਸਾਹੇ ਵਾਂਗੂ ਸਿਰ ਚੱਕੇ ਨਾ ਮੰਡੀਰ, ਨੀ ਮੈਂ ਮਿਰਜੇ ਦੇ ਵਾਂਗੂ ਕੋਲ ਰੱਖਦਾ ਨੀ ਤੀਰ, ਨੀ ਮੈਂ ਕਿਸ਼ਨੇ ਤੇ ਜਾਉਣੇ ਵਾਂਗੂ ਲੰਘ ਜਾ ਰਕਾਨੇ, ਹੀਰਾਂ ਦੇਖਦੀਆਂ ਅੱਖ ਜੀ ਘੁਮਾ ਕੇ, ਤਾਂ ਗੱਭਰੂ ਟੱਪਿਆ 21 ਕੁੜੇ ਨੀ ਚੈੱਕ ਕਰ ਲੱਖਾਂ ਚੱਖਾਂ ਪਾ ਕੇ, ਹੁੰਦਾ ਨੀ ਰਕਾਨੇ ਹੁਣ ਕਹਿਣੇ 'ਚ ਕਿਸੇ ਦੇ, ਚੈੱਕ ਕਰ ਲਈ ਰਿਪੋਰਟ ਠਾਣੇ ਜਾ ਕੇ, ਚੈੱਕ ਕਰ ਲਈ ਨੀ ਉਲਝ ਹੀ ਲਾ ਕੇ। ਜੇ ਨਾ ਸਿੱਖਿਆ ਬਾਈ ਬੰਦਾ ਇੱਕ ਗਾਣਾ ਗਾ ਕੇ ਸਟੂਡੀਓ ਥੱਕ ਜੂ, ਜੇ ਉੱਪਰ ਗਾਉਣਾ ਸਕੇਲ ਉੱਪਰ, ਪਰ ਬਾਈ ਬੜਾ ਔਖਾ ਯਾਰ। ਜਿਹੜੇ ਸਿੰਗਰ ਨੇ ਪਿੰਡ ਛੱਡ ਕੇ ਮੋਹਾਲੀ ਫਲੈਟ ਲੈ ਲੈਂਦੇ ਨੇ ਜਾਂ ਫਿਰ ਹੋਮਲੈਂਡ, ਬਹੁਤ ਮਸ਼ਹੂਰ ਹੋਇਆ ਹੋਇਆ ਵੀ ਹੋਮਲੈਂਡ ਰਹਿਣਾ, ਤੁਹਾਡਾ ਕੀ ਡ੍ਰੀਮ ਆ ਫਿਰ? ਨਹੀਂ ਬਾਈ ਹੋਮਲੈਂਡ ਤਾਂ ਬਾਕੀ ਬਾਈ ਜਾ ਆਉਂਦੇ ਹਾਂ, ਅਤੇ 5 ਕੁ ਦਿਨ ਤਾਂ ਕਈ ਵਾਰ ਐਂ ਹੁੰਦਾ ਵੀ ਹੈ ਨਾ ਬੰਦਾ ਨੋਰਮਲ ਫਿਰੀ ਜਾਂਦਾ, ਫਿਰ ਐਂ ਹੁੰਦਾ ਵੀ ਹੁਣ ਤਾਂ ਬਾਈ ਚੱਲਦੇ ਹਾਂ, ਹੁਣ ਔਖਾ ਕੰਮ ਉਰੇ। ਟੂਰੀਆਂ ਤੋਂ ਕੁੱਟ ਕੁੱਟ ਗੈਰਾਂ ਨੂੰ ਖਵਾਏਗੀ, ਹਾਏ ਨੀ ਡੁੱਬ ਜਾਣੀ ਏ ਨਰਕਾਂ ਨੂੰ ਜਾਏਗੀ। ਉਹ ਝੂਠਾ ਕਰਕੇ ਤੂੰ ਸਾਡੇ ਨਾਲ ਪਿਆਰ, ਹੀਰੇ ਭੁੱਲ ਗਈਆਂ ਘੋਲ ਤੇ ਕਰਾਰ, ਯਾਰੀ ਤੇਰਾ ਕੱਖ ਨਾ ਰਹੇ, ਯਾਰੀ ਤੇਰਾ ਕੱਖ ਨਾ ਰਹੇ, ਕੱਖ ਨਾ ਰਹੇ ਨੀ ਤੇਰਾ ਕੱਖ ਨਾ ਰਹੇ ਆਏ, ਜਾਣੀ ਤੇਰਾ ਕੱਖ ਨਾ ਰਹੇ, ਜਾਣੀ ਤੇਰਾ ਪੋਰਾ ਨਾ ਰਹੇ। ਸਤਿ ਸ਼੍ਰੀ ਅਕਾਲ, ਸਵਾਗਤ ਆ ਤੁਹਾਡਾ ਇੱਕ ਅੱਜ ਨਵੀਂ ਪੋਡਕਾਸਟ ਦੇ ਵਿੱਚ। ਅੱਜ ਬਾਈ ਉਹਦੇ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਹੋਈਆਂ ਨੇ, ਅਤੇ ਬਾਈ ਦੀ ਉਮਰ ਬਹੁਤ ਨਿੱਕੀ ਹੈ, ਅਤੇ ਬਾਈ ਗਾਣਿਆਂ ਦੇ ਡ੍ਰੀਮ ਨੂੰ ਲੈ ਕੇ ਆਪਣੇ ਗਾਣੇ ਪ੍ਰੋਜੈਕਟ ਕਰ ਰਿਹਾ, ਨਵੇਂ ਨਵੇਂ ਸੌਂਗ ਆ ਰਹੇ ਨੇ ਅਤੇ ਉਹਨੂੰ ਲੈ ਕੇ ਅੱਗੇ ਵੱਧ ਰਿਹਾ ਆਪਣੀ ਲਾਈਫ ਦੇ ਵਿੱਚ, ਗੱਲਬਾਤ ਕਰਾਉਂਦੇ ਹਾਂ, ਜ਼ਿਆਦਾ ਦੇਰ ਨਹੀਂ ਲਾਉਂਦੇ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਹੈ ਵੀਰੇ? ਸਤਿ ਸ਼੍ਰੀ ਅਕਾਲ ਜੀ।
ਬਈ ਕਿਵੇਂ ਤੁਸੀਂ ਸੋਚਿਆ ਵੀ ਮੈਂ ਸਿੰਗਿੰਗ ਲਾਈਨ ਦੇ ਵਿੱਚ ਆਵਾਂ? ਕਿਉਂਕਿ ਅੱਜ ਕੱਲ੍ਹ ਜ਼ਿਆਦਾਤਰ ਜਿਹੜੇ ਨਵੇਂ ਬੱਚੇ ਨੇ, ਸਟੂਡੈਂਟ ਨੇ, ਉਹ ਪੜ੍ਹਾਈ ਖਤਮ ਹੁੰਦੇ ਸਾਰ ਹੀ ਐਂ ਸੋਚਦੇ ਨੇ ਵੀ ਯਾਰ ਆਈਲੈਟਸ ਕਰੀਏ ਅਤੇ ਬਾਹਰ ਜਾਈਏ। ਹਾਂਜੀ ਹਾਂਜੀ ਵੀਰੇ, ਸਿੰਗਿੰਗ ਦਾ ਵੀਰੇ ਪੜ੍ਹਾਈ ਖਤਮ ਤਾਂ ਛੱਡੋ, ਜਦ ਸ਼ੁਰੂ ਹੋਈ ਆ ਜ਼ਿਆਦਾ ਸੋਚ ਲਿਆ ਵੀਰੇ ਵੀ ਮੈਂ ਥਰਡ ਕਲਾਸ 'ਚ ਹੋਊਂਗਾ ਵੀਰੇ, ਥਰਡ ਫੋਰਥ 'ਚ, ਅਤੇ ਮੈਮ ਨੂੰ ਆਪਾਂ ਗਾਣੇ ਸੁਣਾਏ, ਜਿੱਦਾਂ ਬੱਚਿਆਂ ਦਾ ਸ਼ੌਂਕ ਹੁੰਦਾ ਵੀਰੇ, ਮੈਮ ਨੇ ਕਹਿ ਦੇਣਾ ਵੀ ਕੌਣ ਗਾਣਾ ਸੁਣਾਊਗਾ ਅਤੇ ਆਪਾਂ ਖੜ੍ਹੇ ਹੋ ਜਾਣਾ ਵੀਰੇ ਸ਼ੁਰੂ ਤੋਂ ਹੀ, ਇੱਦਾਂ ਵੀ ਕੁਛ ਬਣਨਾ ਵੀ ਸਿੰਗਿੰਗ ਲਾਈਨ 'ਚ ਵੀ ਸ਼ੁਰੂ ਤੋਂ ਹੀ ਸ਼ੌਂਕ ਹੈ ਵੀਰੇ। ਕਿਹਨੂੰ ਦੇਖਦੇ ਸੀਗੇ ਜਦੋਂ ਸਟਾਰਟਅਪ ਕੀਤਾ, ਵੀ ਕਿਹੜੇ ਸਿੰਗਰ ਨੂੰ ਦੇਖਦੇ ਸੀ ਵੀ ਯਾਰ ਵੀ ਆਹ ਜ਼ਰੂਰ ਬਣਨਾ ਇੱਥੇ ਗਾਣਾ ਜਾ ਕੇ? ਪਰਸਨਲੀ ਤਾਂ ਵੀਰੇ ਕਿਸੇ ਨੂੰ ਨਹੀਂ ਦੇਖਿਆ, ਜਿੱਦਾਂ ਆਪਾਂ ਵੀਰੇ ਸਾਰੀ ਸੁਣੀ ਜਾਂਦੇ ਸੀ ਵੀ ਕਿਹੜਾ ਨਾ ਜਿਹੜਾ ਚੇਤੇ ਹੋ ਗਿਆ ਵੀਰੇ ਉਹੀ ਗਾ ਦੇਣਾ, ਜਿਹੜਾ ਵੀਰੇ ਚੰਗਾ ਲੱਗਿਆ ਉਹੀ ਗਾ ਦੇਣਾ, ਜਿਹੜਾ ਠੀਕ ਲੱਗਿਆ ਉਹੀ ਸੁਣਾ ਦੇਣਾ ਮੈਮ ਨੂੰ। ਹਾਂਜੀ ਵੀਰੇ, ਅਤੇ ਅੱਜ ਕੱਲ੍ਹ ਨਾ ਜ਼ਿਆਦਾਤਰ ਆਪਾਂ ਸਿੰਗਰ ਦੇਖਦੇ ਹਾਂ, ਮਤਲਬ ਪੱਗ ਨੂੰ ਪ੍ਰਮੋਟ ਕਰਨ ਵਾਲੇ ਇੱਕ ਜਾਂ ਦੋ ਸਿੰਗਰ ਹੀ ਨੇ ਵੀਰੇ। ਸ਼ੁਰੂ 'ਚੋਂ ਮਤਲਬ ਸੀਗਾ ਵੀ ਆਪਾਂ ਜੇ ਸਿੰਗਰਾਂ ਨੂੰ ਦੇਖਦੇ, ਜਿਹੜੇ ਜੈਜੀ ਵੀ ਨੇ ਉਹਨਾਂ ਨੇ ਨਵਾਂ ਸਟਾਈਲ ਚਲਾਇਆ ਸੀ ਵਾਲਾਂ ਨੂੰ ਲੈ ਕੇ, ਹੈ ਨਾ, ਥੋੜ੍ਹੇ ਛਾਂਪਾਂ ਛੱਲੇ ਪਾਏ, ਚੰਨੀਆਂ ਛੰਨੀਆਂ ਪਾਈਆਂ, ਅਤੇ ਤੁਹਾਨੂੰ ਲੱਗਦਾ ਵੀ ਆਪਾਂ ਉੱਦਾਂ ਪ੍ਰਮੋਟ ਕਰੀਏ ਜਾਂ ਫਿਰ ਪੱਗ ਨੂੰ ਲੈ ਕੇ ਅੱਗੇ ਵਧਣਾ? ਪੱਗ ਨੂੰ ਲੈ ਕੇ ਵਧਣਾ ਚਾਹੀਦਾ ਵੀਰੇ, ਬਾਕੀ ਜਿੱਦਾਂ ਬਾਈ ਦਾ ਹੈ ਨਾ ਸਟਾਈਲ ਆ ਉਹ ਹੁੰਦਾ ਹੀ ਆ, ਕਈ ਵੀਰੇ ਕਟਾ ਲੈਂਦੇ ਨੇ ਅਤੇ ਕਈ ਰੱਖ ਲੈਂਦੇ ਨੇ, ਕਈਆਂ ਨੂੰ ਕਿੱਦਾਂ ਸੋਹਣਾ ਲੱਗਦਾ, ਅਤੇ ਬਾਕੀ ਜ਼ਰੂਰੀ ਨਹੀਂ ਵੀਰੇ, ਕਈ ਵਾਲ ਕਟਾਏ ਵੇ ਉਹਨਾਂ ਦਾ ਵੀ ਬਾਈ ਬਹੁਤ ਪ੍ਰੇਮ ਪਿਆਰ ਹੁੰਦਾ ਆਪਣੇ ਗੁਰੂਆਂ ਨਾਲ, ਅਤੇ ਉਹਨਾਂ ਨੂੰ ਵਾਲ ਹੀ ਹੁੰਦਾ ਕਈ ਪੱਗ ਬੰਨ ਕੇ ਵੀਰੇ, ਤੁਸੀਂ ਦੇਖਿਆ ਹੀ ਆ ਕਿੱਦਾਂ ਬਈ ਗੁਰਦੁਆਰਾ ਸਾਹਿਬ 'ਚ ਕਿੱਦਾਂ ਬਥੇਰੇ ਵੀਡੀਓ ਆਉਂਦੀ ਨੇ ਬਾਈ ਲੜੀ ਜਾਂਦਾ ਦਸਤਾਰ ਅੰਮ੍ਰਿਤ ਛਕਿਆ ਹੁੰਦਾ ਬਾਈ, ਇੱਕ ਦੂਜੇ ਦੇ ਵੀਰੇ ਵਾਲ ਫੜੀ ਬੈਠੇ ਹੁੰਦੇ ਤਾਂ ਇੱਦਾਂ, ਬਾਕੀ ਸਾਰਿਆਂ ਨੂੰ ਵੀਰੇ ਆਪਣਾ ਆਪਣਾ ਹੁੰਦਾ, ਜਿੱਦਾਂ ਕੋਈ ਠੀਕ ਲੱਗਦਾ, ਕਈ ਦਸਤਾਰ 'ਚ ਵੀਰੇ ਠੀਕ ਲੱਗਦਾ, ਕਈ ਓਕਣ। ਅਤੇ ਹੁਣ ਜਦੋਂ ਤੁਸੀਂ ਗਾਣਾ ਕਰਿਆ, ਪਹਿਲਾਂ ਤਾਂ ਇਹ ਦੱਸੋ ਤੁਹਾਡਾ ਗਾਣਾ ਵੀ ਜਿਹੜਾ ਰੀਸੈਂਟਲੀ ਕਰਿਆ ਉਹਦਾ ਨਾਮ ਕੀ ਹੈ? ਰੀਸੈਂਟਲੀ ਵੀਰੇ 5-7 ਗੀਤਾ। ਕਿੱਦਾਂ ਰਿਸਪੋਂਸ ਆ ਰਿਹਾ? ਰਿਸਪੋਂਸ ਵੀਰੇ ਵਧੀਆ ਹੀ ਜਾਂਦਾ ਜੀ। ਥੋੜ੍ਹੀਆਂ ਆਪਾਂ ਇੰਟਰਵਿਊ ਦਾ ਮਾਹੌਲ ਬਣਾ ਲਈਏ, ਥੋੜ੍ਹਾ ਜਿਹਾ ਤੁਹਾਡਾ ਗਾਣਾ ਸੁਣ ਲਈਏ। ਗਾਣਾ ਵੀਰੇ ਸੁਣਾ ਦਿੰਦੇ ਹਾਂ। ਹਉ ਮਿਲਦੇ ਯਾਰਾਂ ਨੂੰ ਯਾਰ ਪਾ ਕੇ ਜੱਫੀਆਂ, ਬੈਰੀ ਬੁਰੀ ਆਪਾਂ ਭੜਕਾ ਦਿੰਦੇ ਹਾਂ, ਉਹ ਜਿੰਨਾ ਚਿਰ ਚੁੱਪ ਅਸੀਂ ਚੁੱਪ ਗੋਰੀਏ, ਜਦੋਂ ਹੋਵੇ ਮੂਡ ਸਿਰਾ ਲਾ ਦਿੰਦੇ ਹਾਂ, ਐਵੇਂ ਤਾਂ ਨਹੀਂ ਆਏ ਨੀ ਫਰੰਟ ਫੁੱਟ 'ਤੇ, ਲੱਗਿਆ ਨੂੰ ਹੋ ਗਏ ਦੇਖ ਸਾਲ ਕਿੰਨੇ ਨੇ, ਉਹ 5-7 ਜੇ ਖਿਲਾਫ ਦੱਸ ਫੇਰ ਕੀ ਹੋਇਆ, ਨੀ ਇਹ ਵੀ ਦੇਖ ਮਿੱਤਰਾਂ ਦੇ ਨਾਲ ਕਿੰਨੇ ਨੇ, 5-7 ਨੇ ਖਿਲਾਫ ਦੱਸ ਫੇਰ ਕੀ ਹੋਇਆ, ਨੀ ਇਹ ਵੀ ਦੇਖ ਮਿੱਤਰਾਂ ਦੇ ਨਾਲ ਕਿੰਨੇ ਨੇ। ਬਾਈ ਤੁਸੀਂ ਗਾਉਂਦੇ ਬਹੁਤ ਸੋਹਣਾ ਹੋ ਨਾ, ਇੱਕ ਜਿਵੇਂ ਸਿੱਧੂ ਬਾਈ ਗਾਉਂਦਾ ਸੀ ਨਾ ਪੂਰਾ ਖੋਲ੍ਹ ਕੇ, ਹੈ ਨਾ, ਉੱਦਾਂ ਤੁਹਾਡਾ ਸਟਾਈਲ ਆ ਉੱਦਾਂ ਹੀ ਤੁਸੀਂ, ਹੈ ਨਾ, ਅਤੇ ਤੁਹਾਡਾ ਪੱਗ ਦਾ ਵੀ ਉੱਦਾਂ ਹੀ, ਅਤੇ ਮੈਨੂੰ ਲੱਗਦਾ ਤੁਹਾਡਾ ਆਈਡਲ ਵੀ ਸ਼ਾਇਦ। ਹਾਂ ਹਾਂ ਵੀਰੇ, ਵੀਰੇ ਨੂੰ ਪਸੰਦ ਕਰੀਦਾ ਜੀ, ਹੈ, ਬਾਕੀ ਬਾਈ ਉਹਦੀਆਂ ਆਦਤਾਂ ਵਗੈਰਾ ਸਭ ਕੁਝ ਚੰਗਾ ਹੀ ਲੱਗਦਾ ਜੀ ਵੀਰੇ, ਜਿੱਦਾਂ ਉੱਦਾਂ ਹੀ ਇਹੀ ਦਾ ਬਸ। ਜਦੋਂ ਗਿਆ ਛੱਡ ਕੇ ਆਪਣੀ ਇੰਡਸਟਰੀ ਨੂੰ ਛੱਡਿਆ, ਆਪਣੇ ਮਾਂ ਬਾਪ ਨੂੰ ਛੱਡਿਆ, ਉਦੋਂ ਫਿਰ ਤੁਹਾਡਾ ਕੀ ਫੀਲ ਸੀ? ਬਾਈ ਜਿੱਦਾਂ ਸਾਰੀ ਜਿੱਦਾਂ ਬਾਈ ਉਹ ਗਿਆ, ਜਿੱਦਾਂ ਸਾਰਿਆਂ ਨੂੰ ਫੀਲ ਹੁੰਦਾ ਜਿੱਦਾਂ ਕੋਈ ਚਲੇ ਜਾਂਦਾ ਬਾਈ ਮੁੜ ਕੇ ਤਾਂ ਆਉਂਦਾ ਨਹੀਂ, ਜਿੱਦਾਂ ਨੂੰ ਆਸ ਹੁੰਦਾ ਜੀ ਮੁੜ ਕੇ ਆਜੋ ਉਹਦਾ ਫਿਰ ਰੱਖੀਏ ਵੀਰੇ, ਹੈ ਨਾ, ਅਤੇ ਉੱਦਾਂ ਜਿੱਦਾਂ ਪਤਾ ਹੀ ਵੀ ਨਹੀਂ ਆਉਣ ਬੰਦੇ ਨੇ ਤਾਂ ਬਾਈ ਫਿਰ ਜਿੱਦਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿੱਦਾਂ ਫੀਲ ਹੁੰਦਾ। ਕਿ ਜਦੋਂ ਨਾ ਜਦੋਂ ਸਿੱਧੂ 'ਤੇ ਫਾਇਰਿੰਗ ਹੋਈ ਹੈ, ਉਹ ਸ਼ਾਮ ਦਾ ਟਾਈਮ ਸੀ 7:30-7 ਵਜੇ ਦਾ, ਅਤੇ ਸਾਨੂੰ ਵੀ ਅਸੀਂ ਮਤਲਬ ਚੈਨਲ 'ਚ ਬੈਠੇ ਸੀ ਅਤੇ ਨਿਊਜ਼ ਅਸੀਂ ਇੱਕਦਮ ਫਲੈਸ਼ ਹੁੰਦੀ ਦੇਖੀ, ਤਾਂ ਸਾਨੂੰ ਯਕੀਨ ਜਿਹਾ ਨਹੀਂ ਸੀ ਹੋਇਆ ਵੀ ਯਾਰ ਨਹੀਂ ਵੀ ਇਹ ਬੰਦੇ ਨਾਲ ਇੱਦਾਂ ਨਹੀਂ ਹੋ ਸਕਦਾ। ਹਾਂਜੀ ਹਾਂਜੀ ਬਾਈ, ਅਤੇ ਇੱਕਦਮ ਫਿਰ ਰੀਸੈਂਟਲੀ ਘੰਟੇ ਡੇਢ ਘੰਟੇ ਬਾਅਦ 8-9 ਵਜੇ ਪਤਾ ਲੱਗਦਾ ਵੀ ਚਲੇ ਗਿਆ ਯਾਰ। ਉਦੋਂ ਸਾਰੀ ਇੰਡਸਟਰੀ ਸਾਰੇ ਲਾਈਵ ਹੋਏ ਸੀਗੇ, ਸਾਰੇ ਰੋ ਰਹੇ ਸੀ ਬਾਈ ਸਿੱਧੂ ਖੋ ਗਿਆ, ਸਿੱਧੂ ਖੋਇਆ ਗਿਆ, ਹੈ ਨਾ। ਉਦੋਂ ਫਿਰ ਜਿਵੇਂ ਹੁਣ ਤੁਸੀਂ ਸਿੱਧੂ ਬਾਈ ਨੂੰ ਦੇਖਦੇ ਸੀ,
ਅਤੇ ਤੁਹਾਡਾ ਗਾਉਣ ਦਾ ਸਟਾਈਲ ਵੀ ਥੋੜ੍ਹਾ ਉੱਦਾਂ ਦਾ ਹੈ ਨਾ। ਹੁਣ ਅੱਗੇ ਕਿੱਦਾਂ ਦੇ ਗਾਣੇ, ਕਿਉਂਕਿ ਸਿੱਧੂ ਨੂੰ ਲੋਕ ਕਹਿੰਦੇ ਸੀ ਯਾਰ ਗੰਨਾ ਨੂੰ ਪ੍ਰਮੋਟ ਕਰਦਾ, ਤੁਸੀਂ ਕਿੱਦਾਂ ਦੇ ਗਾਣੇ ਲੈ ਕੇ ਆਓਗੇ? ਬਾਈ ਆਪਾਂ ਵੀ ਗੰਨਾ ਵਾਲੀ ਜਿੱਦਾਂ ਨਹੀਂ ਵੀਰੇ ਲੋਕਾਂ 'ਤੇ ਕਈ ਉਈ ਯਾਰ ਰੋਣਾ ਤਾਂ ਹੋਣਾ, ਆਪਾਂ ਨੂੰ ਜ਼ਿਆਦਾ ਪਸੰਦ ਨਹੀਂ ਵੀਰੇ, ਬਾਕੀ ਜਿੱਦਾਂ ਗੰਨਾ ਗੁੰਨਾ ਸੋਹਣਾ ਲੱਗਦਾ। ਹਾਂ ਹਾਂ ਵੀਰੇ ਹੈ ਹੀ ਨਹੀਂ ਬਾਈ, ਜਿੱਦਾਂ ਆਪਾਂ ਸੋਚਦੇ ਹਾਂ ਨਾ ਜਿੱਦਾਂ ਕੁੜੀਆਂ ਦਾ ਜਿੱਦਾਂ ਬਾਈ ਲਾਈਫ ਚੱਲਦੀ ਹੁੰਦੀ ਆ, ਜਿੱਦਾਂ ਕੋਈ ਗੱਲ ਹੁੰਦਾ ਬਈ ਜਿਹਦਾ ਫਰੈਂਡ ਵਗੈਰਾ ਉੱਦਾਂ ਚੱਲੀ ਜਾਂਦਾ, ਕੋਈ ਧੋਖਾ ਆ ਜਾਂਦਾ, ਆਪਾਂ ਹੈ ਨਹੀਂ ਬਾਈ। ਇੱਕ ਨਾ ਹਾਂ ਆਹ ਧੋਖੇ ਵਾਲੀ ਗੱਲ ਤੋਂ ਹੀ ਮੈਨੂੰ ਚੇਤੇ ਆਇਆ, ਜ਼ਿਆਦਾਤਰ ਸਿੰਗਰਾਂ ਦੇ ਮਤਲਬ ਜਿੰਨੇ ਵੀ ਸਿੰਗਰ ਨੇ ਮੋਸਟਲੀ ਉਸ 'ਚੋਂ 50-70% ਲਾ ਲਓ ਹਰ ਇੱਕ ਦੇ ਗਾਣੇ 'ਚ ਜਾਂ ਧੋਖਾ ਗਾਣਾ ਜ਼ਰੂਰ ਜੁੜਿਆ ਹੋਇਆ ਹਰ ਇੱਕ ਦੀ ਇਹਦੇ 'ਚ, ਅਤੇ ਹਰ ਇੱਕ ਆਪਣੇ ਗਾਣੇ 'ਚ ਇਹ ਜ਼ਰੂਰ ਕਹਿੰਦਾ ਜਾਂ ਫਿਰ ਇੰਟਰਵਿਊਆਂ ਦੇ ਵਿੱਚ ਆਪਾਂ ਸੁਣਦੇ ਹਾਂ ਵੀ ਯਾਰ ਜੇ ਸਿੰਗਰ ਬਣਦਾ ਨਾ ਉਹ ਧੋਖੇ ਤੋਂ ਬਣਦਾ, ਜਾਂ ਫਿਰ ਸਹੇਲੀ ਛੱਡ ਗਈ, ਜਾਂ ਫਿਰ ਘਰੋਂ ਗਰੀਬੀ ਤੋਂ ਉੱਠ ਕੇ। ਅਤੇ ਤੁਹਾਡੇ ਨਾਲ ਕੀ ਮਤਲਬ ਕਿ ਨਹੀਂ ਬਾਈ, ਉਹ ਦੱਸਿਆ ਤੁਹਾਨੂੰ ਪਹਿਲਾਂ ਵੀ ਬਾਈ, ਇੱਕ ਤਾਂ ਇਹ ਧੋਖਾ ਖਾ ਕੇ ਬੰਦਾ ਤੁਰਦਾ ਵੀ ਚੱਲ ਕਲਾਕਾਰ ਬਣ ਛੰਨੇ ਕੁਛ ਦੇਖ ਲੈਂਦੇ, ਅਤੇ ਬਾਈ ਸ਼ੁਰੂ ਤੋਂ ਦੱਸਿਆ ਬਾਈ ਜਿੱਦਾਂ ਆਪਾਂ ਛੋਟੀ ਬਾਈ ਕਲਾਸ ਤੋਂ ਹੀ ਬਾਈ ਗਾਉਣ ਦਾ ਸ਼ੌਂਕ ਆ, ਬਾਕੀ ਬਾਈ ਧੋਖਾ ਧੁੱਖਾ ਦਾ ਕੋਈ ਚੱਕਰ ਨਹੀਂ। ਜਿਵੇਂ ਬਾਈ ਸਾਰੇ ਇੱਧਰ ਨੂੰ ਜਾਈ ਜਾਂਦਾ ਯਾਰ, ਜਿਹਦੀ ਮਰਜ਼ੀ ਦੇਖ ਲਓ ਧੋਖਾ ਦੇਗਾ ਤਾਂ ਬਣਿਆ, ਕੋਈ ਚੱਕਰ ਨਹੀਂ ਬਾਈ ਆਪਾਂ ਢਿੱਡੇ ਹੀ ਚੱਲਣਾ, ਕੋਈ ਧੋਖੇ ਵਾਲੀ ਗੱਲ ਨਹੀਂ ਬਾਈ, ਸ਼ੌਂਕ ਆ ਤਾਂ ਲੱਗਿਆ, ਦੂਜੇ ਹੀ ਗਾਉਣੇ ਬਾਈ ਹਥਿਆਰਾਂ ਵਾਲਾ ਹੀ ਚੱਲਣਾ ਕੰਮ ਹਾਲੇ, ਬਾਕੀ ਜਦ ਟਾਈਮ ਹੋਇਆ ਜਾਂ ਨਾ ਮੂਡ ਹੁੰਦਾ ਬਾਈ, ਇੱਕ ਉਮਰ ਲੰਘ ਜਾਂਦੀ ਆ ਬੰਦੇ ਦੀ ਵੀ ਹੁਣ ਖੜਕਾ ਧੜਕਾ ਬੰਦ ਕਰੀਏ ਤਾਂ ਫਿਰ ਉਦੋਂ ਹੀ ਦੇਖ ਲਵਾਂਗੇ ਜਾਂ ਮੂਡ ਬਣਿਆ, ਅਤੇ ਬਾਕੀ ਹਾਲੇ ਤਾਂ ਬਾਈ ਇੱਦਾਂ ਹੀ ਚੱਲੂਗਾ। ਜਿਵੇਂ ਹੁਣ ਦਲਜੀਤ ਵੀਰ ਆ ਗਿਆ ਸੀਗਾ ਅਤੇ ਕੋਚੀਲਾ ਗਾ ਕੇ ਆਇਆ, ਉੱਥੇ ਆ ਕੇ ਕਿਹਾ ਉਹਨੇ ਪੰਜਾਬੀ ਆ ਗਏ ਹੋਏ। ਹਾਂ ਹਾਂ, ਤੁਹਾਡੇ ਕਿੱਦਾਂ ਦੇ ਡ੍ਰੀਮ ਨੇ, ਕਿਹੜੇ ਕਿਹੜੇ ਸਟੇਜਾਂ 'ਤੇ ਗਾਉਣਾ? ਸਟੇਜਾਂ ਵੀਰੇ ਬਾਕੀ ਜਿੱਦਾਂ ਵੀਰੇ ਮਿਹਨਤ ਕਰੀ ਜਾਂਦੇ ਹਾਂ, ਬਾਕੀ ਮਾਲਕ ਦੇ ਹੱਥ ਆ ਵੀਰੇ। ਜਿੱਦਾਂ ਬਾਈ ਗਿਆ, ਬਾਈ ਨੂੰ ਵੀ ਬਹੁਤ ਟਾਈਮ ਹੋ ਗਿਆ ਵੀਰੇ, ਵੀਰੇ ਨੂੰ ਵੀ ਹੁਣ ਨਹੀਂ ਬਾਈ ਆਇਆ ਹੈ ਨਾ, ਤੁਹਾਨੂੰ ਪਤਾ ਹੀ ਵੀਰੇ 22 ਸਾਲ ਹੋ ਗਏ ਵੀਰੇ ਨੂੰ ਮਿਹਨਤ ਕਰਦਿਆਂ ਨੂੰ, ਅਤੇ ਬਾਕੀ ਜਿੱਦਾਂ ਜਿੱਦਾਂ ਸਭ ਦੀ ਵੀਰੇ ਆਪਦੀ ਆਪਦੀ ਲਾਈਫ ਆ, ਜਿੱਦਾਂ ਬਾਈ ਨੇ ਵੀ ਮਿਹਨਤ ਕੀਤੀ ਅਤੇ ਬਾਈ ਬਾਈ 22 ਸਾਲ 'ਚ ਉੱਥੇ ਪਹੁੰਚਿਆ, ਅਤੇ ਆਪਾਂ ਵੀ ਮਿਹਨਤ ਕਰੀ ਜਾਂਦਾ ਜਿੱਥੇ ਜਿੱਥੇ ਮਾਲਕ ਨੇ ਵੀਰੇ ਲੈ ਕੇ ਜਾਣਾ ਤਾਂ ਉੱਥੇ ਉੱਥੇ ਜਾਈ ਜਾਵਾਂਗੇ, ਬਾਕੀ ਮਾਲਕ ਨੂੰ ਬਾਈ ਅਰਦਾਸ ਹੀ ਆ, ਜਿੱਦਾਂ ਤਾਂ ਜਿੱਥੇ ਲੈ ਕੇ ਜਾਣਾ ਵੀ ਆਪਾਂ ਦਾ ਕੱਖ ਵੀ ਨਹੀਂ ਬਾਈ, ਉਹਨੇ ਹੀ ਕਰਨਾ ਜੋ ਕਰਨਾ। ਜਿੱਥੇ ਬਾਈ ਨੇ ਬਾਈ ਹੁਣ ਸਿੱਧੂ ਬਾਈ ਦੇਖ ਲਓ, ਬਾਈ ਦਾ ਜਿੱਦਾਂ ਲਿਖਿਆ ਸੀ ਬਾਈ ਉੱਪਣ ਉੱਕ ਗਰੋਹ ਹੋਇਆ ਬਾਈ, ਹੁਣ ਆਪਣਾ ਉੱਦਾਂ ਲਿਖਿਆ ਹੋਊਗਾ ਆਪਾਂ ਉੱਦਾਂ ਉੱਦਾਂ ਗਰੋਹ ਹੋਈ ਜਾਵਾਂਗੇ ਵੀਰੇ। ਅਤੇ ਸਿੱਖਦੇ ਕਿਹਨਾਂ ਤੋਂ, ਕਿਹੜੇ? ਮੈਂ ਵੀਰੇ ਪਟਿਆਲੇ ਸਿੱਖਿਆ, ਅਜਾਗਰ ਅੰਟਾਲ ਜੀ ਨੇ ਯੂਨੀਵਰਸਿਟੀ ਦਾ। ਹਾਂਜੀ ਹਾਂਜੀ ਬਾਈ ਸਾਰੇ ਜਾਣਦੇ ਨੇ ਵੀਰੇ, ਹਾਂਜੀ ਉਹਨਾਂ ਨੂੰ। ਅਤੇ ਮਨਕੀਰਤ ਵੀਰਾ ਵੀ ਉੱਥੇ ਸਿੱਖਿਆ, ਨਰਵੈਰ ਆਰਨਜੀਤ ਵੀਰਾ ਸਾਰੇ ਉੱਥੋਂ ਸਿੱਖ ਨੇ ਵੀਰੇ। ਹਾਂਜੀ ਬਾਈ, ਮੈਂ ਵੀ ਬਾਈ ਉਹਨਾਂ ਕੋਲ ਆਏ ਵੀਰੇ, ਸਾਲ ਡੇਢ ਸਾਲ ਆਏ। ਪਹਿਲਾ ਪ੍ਰੋਜੈਕਟ ਕਦੋਂ ਕਰਿਆ ਸੀ? ਪਹਿਲਾ ਪ੍ਰੋਜੈਕਟ ਵੀਰੇ 5-6 ਮਹੀਨੇ ਹੋਏ ਹੋਣੇ ਵੀਰੇ, ਪਹਿਲਾਂ ਪਿਛਲੇ ਸਾਲ ਕੀਤਾ, ਨਵੰਬਰ 'ਚ ਕੀਤਾ ਹੋਊਗਾ ਵੀਰੇ ਬ੍ਰੇਨ ਟੂ ਹਾਰਟ, ਅਤੇ ਹੁਣ ਹਫ਼ਤਾ 20 ਦਿਨ ਹੋਇਆ ਵੀਰੇ, 5-7 ਕੀਤਾ, ਅਤੇ ਅੱਗੇ ਵੀਰੇ ਆ ਰਿਹਾ ਹਫ਼ਤੇ 10 ਦਿਨ ਤੱਕ ਆ ਜੂਗਾ। ਹਾਂਜੀ ਹਾਂਜੀ ਵੀਰੇ। ਅਤੇ ਜਦੋਂ ਆਪਾਂ ਗਾਣਾ ਸ਼ੂਟ ਕਰਦੇ ਹਾਂ ਹੈ ਨਾ, ਅਤੇ ਗਾਣੇ ਦੀ ਇੱਕ ਆਪਣੇ ਅੰਦਰ ਚਾਹ ਹੁੰਦੀ ਆ ਵੀ ਯਾਰ ਮੇਰਾ ਗਾਣਾ 9 ਤਰੀਕ ਨੂੰ ਆਊਗਾ, ਜਿੱਦਣ ਆਉਣਾ ਹੁੰਦਾ ਉੱਦਣ ਕਿੱਦਾਂ ਦਾ ਮਾਹੌਲ ਹੁੰਦਾ ਫਿਰ? ਮਾਹੌਲ ਤਾਂ ਵੀਰੇ ਨੋਰਮਲ ਹੀ ਹੁੰਦਾ। ਇੱਕ ਤਾਂ ਆਪਾਂ ਨਾ ਯਾਰੀ ਦੋਸਤੀ ਕਹਿੰਦੇ ਹਾਂ ਯਾਰ ਮੇਰਾ ਗਾਣਾ ਆ ਰਿਹਾ ਸ਼ੇਅਰ ਕਰ ਦਿਓ ਹੈ ਨਾ, ਐਵੇਂ ਦਾ ਜਾਂ ਫਿਰ ਯਾਰਾਂ ਦੋਸਤਾਂ ਨੂੰ ਪਹਿਲਾਂ ਹੀ ਸੁਣਾਇਆ ਹੁੰਦਾ ਉਹਨਾਂ ਨੂੰ ਬਾਈ? ਕਈਆਂ ਨੂੰ ਪਹਿਲਾਂ ਸੁਣਾਉਂਦੇ ਜਿਹੜੇ ਰੈਗੂਲਰ ਨਾਲ ਮਿਲਦੇ ਨੇ ਆਪਾਂ ਨੂੰ, ਆਪਾਂ ਚਲੇ ਜਾਂਦੇ ਫੋਨ ਕਰ ਲਈਦਾ ਵੀ ਕਿੱਥੇ ਆ ਜਾਓ, ਤਾਂ ਉਹਨਾਂ ਨੂੰ ਤਾਂ ਵੀਰੇ ਸੁਣਾਈ ਦੇਈਦਾ, ਤਾਂ ਹੁਣ ਮੈਂ ਕਰਕੇ ਆਇਆ ਵੀਰੇ, ਕੱਲ੍ਹ ਚੰਡੀਗੜ੍ਹ 3-4 ਡੰਮੀਆਂ ਬਣਾ ਕੇ ਆਇਆ, ਅਤੇ ਪਿੰਡ ਜਾਂਦੇ ਹਾਂ ਬਾਈ, ਖੜਦੇ ਨੇ ਉਹ ਮਿਲ ਜਾਂਦੇ ਨੇ, ਜੇ ਨਹੀਂ ਵੀ ਸੁਣਾਉਣਾ ਹੁੰਦਾ ਤਾਂ ਵੀ ਬਾਈ ਉਹਨੂੰ ਪਤਾ ਹੀ ਹੁੰਦਾ ਵੀ ਗਿਆ ਉਹ ਕਹਿੰਦਾ ਸੁਣਾ ਦੇ ਕੀ ਸੁਣਾਉਣਾ, ਚਲੋ ਸੁਣਾ ਦੇਈਦਾ ਵੀਰੇ ਉਹਨੂੰ ਪਹਿਲਾਂ ਹੀ ਸੁਣਾ ਦੇਈਦਾ। ਅਤੇ ਜਿਵੇਂ ਹੁਣ ਸਿੰਗਰ ਨੇ ਜ਼ਿਆਦਾਤਰ ਕੰਪਨੀਆਂ ਨਾਲ ਬੌਂਡ ਹੋ ਜਾਂਦੇ ਜਾ ਕੇ, ਤੁਹਾਡੀ ਕੀ ਸਲਾਹ ਵੀ ਕੰਪਨੀ ਨਾਲ ਜੁੜਨਾ ਚਾਹੀਦਾ ਜਾਂ ਫਿਰ ਆਪਣਾ ਇੰਡੀਪੈਂਡੈਂਟ? ਕੰਪਨੀ ਵੀਰੇ ਘਰ ਦੀ ਹੋ ਆ,
ਚਾਚੂ ਜੀ ਤੁਹਾਨੂੰ ਪਤਾ ਹੈ ਬਾਈ, ਹੈਰੀ ਰਾਏ ਉਹਨਾਂ ਦਾ ਨਾਂ ਆ, ਅਤੇ ਉਹ ਵੀਡੀਓ ਵਗੈਰਾ ਬਣਾ ਦਿੰਦੇ ਨੇ ਬਾਈ, ਅਤੇ ਫਾਦਰ ਮੇਰੇ ਉਹ ਬਾਈ ਕੰਪਨੀ ਸ਼ੁਰੂ ਕੀਤੀ ਹੁਣ ਉਹਨਾਂ ਨੇ, ਅਤੇ ਉਹ ਨਾਲ ਹੀ ਆ ਬਾਈ ਆਪਣੀ ਕੰਪਨੀ ਦਾ ਆਪਣਾ ਗਾਣਾ ਆਈ ਜਾਂਦਾ, ਅਤੇ ਉਹ ਡਾਇਰੈਕਟ ਚਾਚੂ ਕਰ ਦਿੰਦੇ ਨੇ, ਬਾਕੀ ਬਣਾ ਬਣੂ ਲਿਖੀਦਾ ਬਾਈ, ਸਾਰਾ ਕੁਛ ਘਰੇ ਹੀ ਆ ਬਸ, ਮਤਲਬ ਮੋਹਾਲੀ ਜਾਣ ਦੀ ਲੋੜ ਨਹੀਂ, ਕਿਉਂਕਿ ਜ਼ਿਆਦਾਤਰ ਹੈ ਨਾ ਜਿਹੜੇ ਸਿੰਗਰ ਨੇ ਪਿੰਡ ਛੱਡ ਕੇ ਮੋਹਾਲੀ ਫਲੈਟ ਲੈ ਲੈਂਦੇ ਨੇ, ਜਾਂ ਫਿਰ ਹੋਮਲੈਂਡ ਬਹੁਤ ਮਸ਼ਹੂਰ ਹੋਇਆ ਹੈ ਵੀ ਹੋਮਲੈਂਡ ਰਹਿਣਾ, ਤੁਹਾਡਾ ਕੀ ਟ੍ਰੀਮ ਆ ਫਿਰ? ਨਹੀਂ ਬਾਈ ਹੋਮਲੈਂਡ ਤਾਂ ਬਾਕੀ ਬਾਈ ਜਾ ਆਉਂਦੇ ਹਾਂ, ਅਤੇ ਪੰਜ ਕੁ ਦਿਨ ਤਾਂ ਕਈ ਵਾਰ ਐਂ ਹੁੰਦਾ ਵੀ ਹੈ ਨਾ ਬੰਦਾ ਨੋਰਮਲ ਫਿਰੀ ਜਾਂਦਾ, ਫਿਰ ਐਂ ਹੁੰਦਾ ਵੀ ਹੁਣ ਤਾਂ ਬਾਈ ਚੱਲਦੇ ਹਾਂ, ਹੁਣ ਔਖਾ ਕੰਮ ਉਰੇ, ਪਰ ਜਦ ਬਾਈ ਹੁਣ ਆਪਾਂ ਸਟਾਰਟ ਕਰੀ ਜਾਂਦੇ ਹਾਂ ਨਾ ਤਾਂ ਜ਼ਰੂਰੀ ਆ ਬਾਈ ਉੱਥੇ ਜਾਣਾ ਵੀ, ਉੱਥੋਂ ਬਿਨਾਂ ਜਦ ਇੱਕ ਬੰਦਾ ਲੈਵਲ 'ਤੇ ਪਹੁੰਚ ਜਾਂਦਾ ਤਾਂ ਫਿਰ ਬਾਈ ਚਾਹੇ ਘਰ ਬਹਿ ਕੇ ਕਰੀ ਜਾਵੇ, ਅਤੇ ਬਾਈ ਜਾਣਾ ਤਾਂ ਪੈਣਾ ਹੀ ਆ ਵੀਰੇ, ਥੋੜ੍ਹਾ ਟਾਈਮ ਤਾਂ ਜਾਣਾ ਪਊਗਾ ਜੇ ਮਿਹਨਤ ਕਰਨੀ। ਹਾਂਜੀ ਹਾਂਜੀ ਬਾਈ, ਮਿਊਜ਼ਿਕ ਵਾਲਾ ਘਰੇ ਤਾਂ ਆਉਣ ਨਹੀਂ ਲੱਗਿਆ, ਉਹਨਾਂ ਕੋਲ ਜਾਣਾ ਪੈਣਾ ਵੀਰੇ, ਮਿਹਨਤ ਕਰਨੀ ਪੈਣਾ, ਕੁਛ ਕਰਾਂਗੇ ਤਾਂ ਬਾਈ ਇਹ ਲੈਵਲ 'ਤੇ ਪਹੁੰਚ ਜਾਂਗੇ, ਬੰਦੇ ਆਪਣੇ ਕੋਲ ਆਉਣ ਖੁਦ। ਅਤੇ ਹੁਣ ਜਿਹੜਾ ਪ੍ਰੋਜੈਕਟ ਆ ਰਿਹਾ ਥੋੜ੍ਹਾ ਉਹ ਵੀ ਹੋ ਜਾਵੇ ਫਿਰ ਗਾਣਾ। ਆਓ ਰੱਖਣੇ ਨਾ ਆਹੂੰ ਦੇ ਸਾਨੂੰ ਰਿਸ਼ਤੇ ਆ, ਫਰਜੀ ਨਹੀਂ ਖੜੇ ਮੱਥੇ ਮਿਲਾ ਗੇ ਤੂੰ ਮਿਲੀ ਜਦੋਂ ਮਰਜੀ, ਹਾਈ ਨੀ ਜੀ ਚ ਗੱਲ ਬੰਦੇ ਦੀ ਨਾ ਮੈਂ ਉਹ ਬੰਦੇ ਆ ਵਿੱਚ ਬਹਿਦਾ, ਜੇ ਪੁੱਛਦੀ ਰਹਿਸ਼ ਗੋਰੀਏ ਨੀ ਮੈਂ ਆਪਣੇ ਆਪ ਵਿੱਚ ਰਹਿੰਦਾ, ਜੇ ਪੁੱਛਦੀ ਰਹਿਸ਼ ਗੋਰੀਏ ਨੀ ਮੈਂ ਆਪਣੇ ਆਪ ਵਿੱਚ ਰਹਿੰਦਾ। ਵੀਰੇ ਬਹੁਤ ਸੋਹਣਾ ਯਾਰ, ਬਹੁਤ ਘੈਂਟ ਗਾਉਂਦੇ ਹੋ, ਗਾਣਾ ਵੀ ਬਹੁਤ ਘੈਂਟ ਆ ਰਿਹਾ ਤੁਹਾਡਾ। ਅਤੇ ਹੋਰ ਕਿਹੜੇ ਕਿਹੜੇ ਪ੍ਰੋਜੈਕਟਾਂ ਨੂੰ ਲੈ ਕੇ ਸੋਚਿਆ ਹੈ ਵੀ ਯਾਰ ਵੀ ਇੱਦਾਂ ਦੇ ਸ਼ੂਟ ਮੈਂ ਕਰਨਾ ਚਾਹੁੰਦਾ? ਬਾਬੇ ਵੀਰੇ ਜਿੱਦਾਂ ਇੱਦਾਂ ਨਾ ਬੰਦਾ ਗਰੋਹ ਹੋ ਜਾਂਦਾ ਉੱਦਾਂ ਤਾਂ ਬਾਈ ਸੋਚ ਵਧੀ ਜਾਂਦੀ ਆ, ਹਾਲੇ ਤਾਂ ਬਸ ਤਿਆਰ ਕਰੀ ਜਾਂਦੇ ਬਾਈ, ਤੁਹਾਨੂੰ ਦੱਸਿਆ ਆਪ ਹੀ ਬਣਾ ਦਿੰਦੇ ਨੇ ਬਾਈ, ਆਪਾਂ ਨੂੰ ਘੱਟ ਹੀ ਆਇਆ ਟੈਨਸ਼ਨ, ਆਪਾਂ ਗਾਉਣਾ ਉਹਨਾਂ ਨੇ ਬਾਈ ਘਰਦੇ ਨੇ ਕਹਿ ਦੇਣਾ, ਚਾਚੂ ਨੇ ਫੋਨ ਕਰ ਦੇਣਾ ਵੀ ਤੈਨੂੰ ਇਹਦੇ ਨਾਲ ਮਿਲਾਉਣਾ, ਇਹਦੇ ਸਟੂਡੀਓ 'ਚ ਲੈ ਜਾਈ ਅੱਜ, ਜ਼ਿਆਦਾ ਬਾਈ ਉਹੀ ਕਰਦੇ ਨੇ, ਬਾਕੀ ਸਭ ਦਾ ਹੁੰਦਾ ਬਾਈ ਜਿਵੇਂ ਚੱਕਦਾ ਨਾ ਕਈ ਹੁਣ ਆਪਣੇ ਘਰ 'ਚੋਂ ਹੀ ਨੇ, ਅਤੇ ਉਹ ਬਾਈ ਉਹਨਾਂ ਦਾ ਫੋਨ ਆਉਂਦਾ ਅਤੇ ਅੱਜ ਤੈਨੂੰ ਇਹਦੇ ਨਾਲ ਮਿਲਾਉਣਾ, ਉੱਥੇ ਚਲੇ ਜਾਈ ਬਣਾ ਲਈ, ਅਤੇ ਉਹ ਡੰਮੀ ਬਣ ਜਾਂਦੀ ਆ, ਫਿਰ ਭੇਜ ਦੇਣਾ ਸੁਣਾ ਲੈਂਦੇ ਨੇ, ਔਰ ਜੇ ਫਾਈਨਲ ਹੋ ਗਿਆ ਤਾਂ ਉਹਨਾਂ ਨੇ ਕਹਿਣਾ ਵੀ ਚੱਲ ਵੀਡੀਓ ਬਣਾ ਦਿੰਦੇ ਹਾਂ, ਵੀਡੀਓ ਕਰ ਲਈ ਦੇ ਵੀਰੇ, ਬਾਕੀ ਮਿਹਨਤ ਜਾਰੀ ਹੈ ਜੀ। ਅਤੇ ਐਂ ਵੀ ਦੇਖਿਆ ਵੀ ਜਿਵੇਂ ਸਿੱਧੂ ਬਾਈ ਹੁੰਦਾ ਸੀ, ਸਿੱਧੂ ਬਾਈ ਨਾ ਜ਼ਿਆਦਾਤਰ ਆਪਣੇ ਗਾਣੇ ਆਪਣੀ ਹਵੇਲੀ ਜਾਂ ਆਪਣੇ ਪਿੰਡ ਦੇ ਵਿੱਚ ਹੀ ਕਰ ਲੈਂਦਾ ਸੀ, ਅਤੇ ਤੁਹਾਡਾ ਕੀ ਡ੍ਰੀਮ ਆ ਵੀ ਆਪਣੇ ਪਿੰਡ ਦੇ ਵਿੱਚ ਸ਼ੂਟ ਕਰੀਏ ਜਾਂ ਫਿਰ ਫੋਰਨ ਜਾਈਏ ਘੁੰਮੀਏ ਫਿਰੇ ਨਾਲੇ? ਫੋਰਨ ਦਾ ਵੀ ਵੀਰੇ ਹੁੰਦਾ ਹੀ ਆ, ਫੋਰਨ ਵੀ ਚਲੋ ਜਾਣਾ ਲੈਵਲ ਦੇ ਹਿਸਾਬ ਨਾਲ ਹੁੰਦਾ ਬਾਈ, ਜਿੱਦਾਂ ਜਿੱਦਾਂ ਗਰੋ ਕਰੀ ਜਾਂ ਫਿਰ ਐਟ ਇੱਕ ਟਾਈਮ 'ਤੇ ਆ ਕੇ ਐਂ ਹੁੰਦਾ ਬੰਦੇ ਨੂੰ ਵੀ ਹੁਣ ਪਿੰਡੇ ਕਰੀ ਜਾਣਾ ਆਪਣਾ, ਜਿੱਦਾਂ ਜਿੱਦਾਂ ਗਾਣੇ ਹੁੰਦੇ ਵੀਰੇ ਕਈ ਪਿੰਡਾਂ ਵਾਲੇ ਸ਼ੂਟ ਹੁੰਦੇ ਆ ਕਿ ਜਾਣਾ ਵੀ ਪੈਂਦਾ ਵੀਰੇ, ਬਾਬੇ ਜਿੱਦਾਂ ਤੁਹਾਨੂੰ ਪਤਾ ਵੀ ਕਿੱਦਾਂ ਆਪਾਂ ਲੋਕਾਂ ਨੂੰ ਦਿਖਾਉਣਾ ਵੀ ਕੀ ਚੀਜ਼ ਆ ਵੀ ਅਸੀਂ ਹੈ ਕਰ ਸਕਦੇ ਹਾਂ ਵੀ ਆਹ ਚੀਜ਼, ਉੱਦਾਂ ਪਹਿਲਾਂ ਕਰਨਾ ਪੈਂਦਾ, ਅਤੇ ਬਾਕੀ ਜੇ ਫਿਰ ਲੈਵਲ 'ਤੇ ਆ ਕੇ ਬੰਦਾ ਉੱਦਾਂ ਦੇ ਗਾਣੇ ਕਰਦਾ ਅਤੇ ਪਿੰਡੇ ਵੀ ਬਣਾ ਲੈਂਦੇ ਹਾਂ ਵੀਰੇ ਵੀਡੀਓ, ਉਹ ਹਿਸਾਬ ਆ ਵੀਰੇ। ਬਾਈ ਫਿਰ ਜਿਹੜੇ ਹੁਣ ਸਿੰਗਰ ਨੇ ਜ਼ਿਆਦਾਤਰ ਆਪਾਂ ਦੇਖਦੇ ਹਾਂ ਵੀ ਉਹ ਆਪ ਹੀ ਲਿਖਦੇ ਨੇ ਆਪ ਹੀ ਗਾਉਂਦੇ ਨੇ, ਤੁਹਾਡਾ ਹੈਗਾ ਰੁਝਾਨ ਲਿਖਣ ਵਾਲਾ? ਹਾਂਜੀ ਹਾਂਜੀ ਵੀਰੇ ਲਿਖੇ ਜਾਂਦੇ ਹਾਂ, ਬਾਕੀ ਜਿੱਦਾਂ ਇੱਦਾਂ ਗਰੋਹ ਹੋਈ ਜਾਂਦੇ ਹਾਂ ਬਾਈ, ਉੱਦਾਂ ਉੱਦਾਂ ਚੀਜ਼ ਆਉਂਦੇ ਅਤੇ ਕਰੇ ਕਰਾਂਗੇ ਜੇ ਵੀਰੇ ਵਧੀਆ ਕਰੀਏ, ਲਿਖ ਲੈਂਦੇ ਹਾਂ ਮਾੜਾ ਮੋਟਾ, ਜਿੱਦਣ ਕੋਈ ਵਧੀਆ ਚੀਜ਼ ਲਿਖੀ ਜਾਊ ਅਤੇ ਆਪਾਂ ਉਹ ਗਾਵਾਂਗੇ ਅਤੇ ਉਹੀ ਹੈ ਨਾ। ਕੀ ਲਿਖਿਆ ਪਿਆ ਫਿਰ ਹੁਣ ਵੀ ਸ਼ਹਿਰ ਜਾਂ ਫਿਰ ਸਮਾਂ? ਅੱਜ ਤਾਂ ਵੀਰੇ ਨੋਰਮਲ ਜਿਹੀਆਂ ਗੱਲਾਂ ਨੇ, ਬਾਕੀ ਕਹਿੰਦਾ ਜਦ ਲੰਘਾਂ ਸਾਹੇ ਵਾਂਗੂ ਸਿਰ ਚੱਕੇ ਨਾ ਮੰਡੀਰ, ਨਹੀਂ ਮੈਂ ਮਿਰਜ਼ੇ ਦੇ ਵਾਂਗੂ ਕੋਲ ਰੱਖਦਾ ਨਹੀਂ ਤੀਰ, ਕਹਿੰਦਾ ਜਦ ਲੰਘਾਂ ਸਾਹੇ ਵਾਂਗੂ ਸਿਰ ਚੱਕੇ ਨਾ ਮੰਡੀਰ, ਨਹੀਂ ਮੈਂ ਮਿਰਜ਼ੇ ਦੇ ਵਾਂਗੂ ਕੋਲ ਰੱਖਦਾ ਨਹੀਂ ਤੀਰ, ਨਹੀਂ ਮੈਂ ਕਿਸ਼ਨੇ ਅਤੇ ਜਾਣੇ ਵਾਂਗੂ ਲੰਘ ਜਾ ਰਕਾਨੇ, ਹੀਰਾਂ ਦੇਖਦੀਆਂ ਅੱਖ ਜੀ ਘੁਮਾ ਕੇ, ਨਾ ਗੱਭਰੂ ਟੱਪਿਆ ਇੱਕੀ ਮਾਂਕੁੜੇ ਨਹੀਂ ਚੈੱਕ ਕਰ ਲੱਖਾਂ ਚੱਖਾਂ ਪਾ ਕੇ, ਹੁੰਦਾ ਨਹੀਂ ਰਕਾਨੇ ਹੁਣ ਕਹਿਣੇ 'ਚ ਕਿਸੇ ਦੇ, ਚੈੱਕ ਕਰ ਲਈ ਰਿਪੋਰਟ ਠਾਣੇ ਜਾ ਕੇ, ਚੈੱਕ ਕਰ ਲਈ ਨਿਊਜ਼ ਹਿਲਾ ਕੇ।
ਮਤਲਬ 21 ਤੋਂ ਸੱਚੀ ਹੋ 21 ਤੋਂ ਟੱਕ ਹਾਂ ਬਈ ਹਾਂ ਬਈ ਟੱਪਣਾ ਮਹੀਨਾ ਦੇ ਮਹੀਨਾ ਰਿਹਾ ਮਤਲਬ ਅਗਲੇ ਮਹੀਨੇ ਬਰਥਡੇ ਆਉਣ ਵਾਲਾ ਹਾਂ ਹਾਂ ਵੀਰੇ ਹਾਂ ਹੋ ਜੂਗਾ ਪੂਰਾ ਵੀਰੇ ਹੋ ਲਾਈ ਬਾਈ ਆਪਣੇ ਤੇ ਲਿਖਿਆ ਮਤਲਬ ਪ੍ਰੋਪਰ ਹਾਂ ਹਾਂ ਉਹ ਯਾ ਬਾਈ ਵਾਲੇ ਪਾ ਜਿੱਥੇ ਜਿੰਨਾ ਕਹੇਗਾ ਉਹ ਆਈ ਜਾਂਦਾ ਹਾਂ ਬੜੇ ਹੋਏ ਬਈ ਹੋ ਆਜੂਗਾ ਹੋਲੀ ਹੋਲੀ ਬਚ ਲਈ ਜਾਂਦਾ ਤੇ ਫਿਰ ਹੁਣ ਜਿਵੇਂ ਗਾਣੇ ਆਪਾਂ ਸੁਣਦੇ ਆ ਤੇ ਫਿਰ ਜਿਵੇਂ ਅੱਗੇ ਹੁਣ ਤੁਸੀਂ ਗਾਣਾ ਲਿਖੋਗੇ ਮਨੀ ਜਿਹੜਾ ਗਾਣਾ ਲਿਖੂਗਾ ਉਹ ਕਿੱਦਾਂ ਦਾ ਹੋਊਗਾ ਕਿ ਸਿੱਧੂ ਬਾਈ ਵਾਂਗ ਆਪਣੇ ਪਿੰਡ ਨੂੰ ਲੈ ਕੇ ਆਪਣੀ ਲਾਈਫ ਨੂੰ ਲੈ ਕੇ ਜਾਂ ਫਿਰ ਧੱਕ ਪਾਉਣ ਵਾਲਾ ਪ੍ਰੋਪਰ ਜਾਂ ਫਿਰ ਕੁੜੀਆਂ 'ਤੇ ਹੋਊਗਾ ਨਾ ਨਾ ਬਾਈ ਕੁੜੀਆਂ ਵਾਲਾ ਤਾਂ ਯਾਰ ਘੱਟ ਹੀ ਆ ਕੁੜੀਆਂ ਵਾਲਾ ਤਾਂ ਕਿੱਦਾਂ ਦਾ ਹੋਊਗਾ ਖੜਕਾ ਦਾ ਅੜਕਾਲਾ ਹੀ ਚੱਲੂਗਾ ਬਾਕੀ ਨੋਰਮਲ ਵੀਰ ਇੱਦਾਂ ਆਪਣੀ ਪਿੰਡ ਪਿੰਡਾਂ ਵਾਲੀ ਥਿੰਕਿੰਗ ਹੁੰਦੀ ਆ ਉਹ ਚੀਜ਼ ਨੂੰ ਲੈ ਗੱਡੀਆਂ ਕਾਰਾਂ ਦਾ ਵੀਰੇ ਮੈਨੂੰ ਹੈਗਾ ਮਾੜਾ ਮੋਟਾ ਚਲਾਉਣ 'ਚ ਬਾਕੀ ਮੈਂ ਕਹਿੰਦਾ ਮੇਰੇ ਦੋਵੇਂ ਲੈ ਕੇ ਜਾਣੀ ਆ ਬਾਈ ਉਹ ਚਲਾਉਣ 'ਚ ਹੈਗਾ ਕੁੜੀਆਂ ਦਾ ਘੱਟ ਬਾਈ ਗੜੀ ਗੁੜੀ ਬਾਈ ਉਹ ਘੁੰਮ ਆਈ ਆ ਮਾੜਾ ਮੋਟਾ ਅਤੇ ਕਿਤੇ ਹੁੰਦਾ ਮਾਰੇ ਦੀ ਗੜੀ ਪਰ ਉਹ ਨਹੀਂ ਬਾਈ ਕੁੜੀਆਂ ਵਾਲੇ ਵਾਲੇ ਨੇ ਜਦੋਂ ਫਿਰ ਛੋਟੇ ਸੀਗੇ ਤੁਸੀਂ ਕਿਹਾ ਮੈਂ ਸਕੂਲ 'ਚ ਮੈਡਮਾਂ ਨੂੰ ਸੁਣਾਉਂਦਾ ਹੁੰਦਾ ਸੀ ਕਿਉਂਕਿ ਜ਼ਿਆਦਾਤਰ ਨਾ ਸੋਸ਼ਲ ਮੀਡੀਆ ਦਾ ਅਤੇ ਆ ਸਿੰਗਰਾਂ ਵਾਲਾ ਸਾਰਾ ਸੋਸ਼ਲ ਮੀਡੀਆ ਕੰਮ 15-16 ਤੋਂ ਬਾਅਦ ਜ਼ਿਆਦਾ ਫੇਮਸ ਹੋਇਆ ਜਦੋਂ ਤੁਸੀਂ ਛੋਟੀਆਂ ਕਲਾਸਾਂ 'ਚ ਸੀ ਸਕੂਲ 'ਚ ਗਾਉਂਦੇ ਸੀਗੇ ਉਦੋਂ ਫਿਰ ਘਰ ਦੇ ਰੋਕਦੇ ਨਹੀਂ ਸੀ ਵੀ ਨਹੀਂ ਨਹੀਂ ਆਹ ਲਾਈਨ 'ਚ ਨਾ ਵੜ ਨਾ ਨਾ ਵੀ ਉਦੋਂ ਕਹਿੰਦੇ ਦੱਬੀ ਰੱਖ ਡੈਡੀ ਕਹਿੰਦਾ ਸਿੱਕੀ ਰੱਖ ਕੰਮ ਉਹ ਬੜਾ ਸਾਥ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਸਿੰਗਿੰਗ ਵਾਲੀ ਲਾਈਨ ਨੂੰ ਜਾਂ ਫਿਰ ਨੱਚਣ ਟੱਪਣ ਵਾਲੀ ਲਾਈਨ ਨੂੰ ਕੰਜਰ ਘਰਾਟ ਕਿਹਾ ਜਾਂਦਾ ਹਾਂ ਹਾਂ ਵੀਰੇ ਫਿਰ ਘਰੇ ਕਿੱਦਾਂ ਦਾ ਮਾਹੌਲ ਹੁੰਦਾ ਨਹੀਂ ਨਹੀਂ ਬਾਈ ਮੈਂ ਘਰੇ ਗਈ ਜਾਂਦਾ ਹੁਣ ਬਾਜਾਂ ਦਾ ਬਾਈ ਬਹੁਤ ਪੁਰਾਣਾ ਪਿਆ ਮੇਰੇ ਕੋਲ ਅਤੇ ਮੈਂ ਤਾਂ ਲੱਗਣਾ ਨਹੀਂ ਬਾਈ ਆਸ ਮਤਲਬ ਸਿੱਖਣ ਹਰਮੋਨੀਅਮ ਵਾਲਾ ਜਾਗਰ ਡਾਲ ਜੀ ਕੋ ਮੈਂ ਲੱਗਿਆ ਅਤੇ ਮੈਂ ਡੈਡੀ ਨੂੰ ਕਹਿ ਦੇਣਾ ਵੀ ਮੈਂ ਤਾਂ ਆਈ ਚੱਕ ਉਹਨਾਂ ਕੋਈ ਚੱਕਰ ਨਹੀਂ ਡੈਡੀ ਨੇ ਲਾਇਆ ਮੈਨੂੰ ਤਾਂ ਮੈਂ 1.5 ਸਾਲ ਲਾਇਆ ਬਾਈ ਬਾਹਲਾ ਫਰਕ ਆ ਯਾਰ ਉਹ ਮਤਲਬ ਹਾਂ ਸਿੱਖਣ 'ਚ ਵੀਰੇ ਹਾਂ ਜੇ ਨਾ ਸਿੱਖਿਆ ਬਾਈ ਬੰਦਾ ਇੱਕ ਗਾਣਾ ਗਾ ਕੇ ਸਟੂਡੀਓ ਥੱਕ ਜੂ ਜੇ ਉੱਪਰ ਗਾਉਣਾ ਸਕੇਲ ਉੱਪਰ ਪਰ ਬਾਈ ਬੜਾ ਔਖਾ ਯਾਰ ਹਰਮੋਨੀਅਮ ਤਾਂ ਰਿਆਜ਼ ਹੁਣ ਦੱਸਦਾ ਵੀ ਹਾਂ ਹੁਣ ਫਿਰ ਚੱਲਦੀ ਡੇਲੀ ਰਿਆਜ਼ ਹਾਂ ਬਾਈ ਰਿਆਜ਼ ਬਾਈ ਥੋੜ੍ਹਾ ਮੋਟਾ ਘੱਟ ਰਿਆਜ਼ ਮੈਂ ਕਰੀ ਜਾਂਦਾ ਬਾਈ ਪਰ ਜਿੰਨਾ ਲੋੜ ਆ ਉਨੀ ਕਰੀ ਕਰਦੇ ਹਾਂ ਬਾਈ ਅਕਸਰ ਜਦੋਂ ਆਪਾਂ ਘਰੇ ਗੁਣਗੁਣਾਉਂਦੇ ਰਹਿੰਦੇ ਹਾਂ ਸਭ ਤੋਂ ਵੱਧ ਮਨੀ ਕਿਹੜਾ ਗਾਣਾ ਗਾਉਂਦਾ ਹੁੰਦਾ ਬਾਬ ਜਿਹੜਾ ਵੀਰੇ ਜੀ ਕਰਕੇ ਉਹ ਹੀ ਗਾ ਦੇਣਾ ਸਾਈਡ 'ਤੇ ਜੀ ਕਰਕੇ ਸਾਈਡ ਗਾ ਦੇਣਾ ਸਾਈਡ ਵੀ ਸੁਣਾਓ ਫਿਰ ਕੋਈ ਜਿਹੜਾ ਜ਼ਿਆਦਾ ਪਸੰਦ ਚੂਰੀਆਂ ਤੂੰ ਕੁੱਟ ਕੁੱਟ ਗੈਰਾਂ ਨੂੰ ਖਵਾਏਗੀ ਹਾਏ ਨੀ ਡੁੱਬ ਜਾਣੀ ਨਰਕਾਂ ਨੂੰ ਜਾਏਗੀ ਉਹ ਝੂਠਾ ਕਰਕੇ ਤੂੰ ਸਾਡੇ ਨਾਲ ਪਿਆਰ ਹੀਰੇ ਭੁੱਲ ਗਈਆਂ ਕੌਲ ਤੇ ਕਰਾਰ ਯਾਰੀ ਤੇਰਾ ਕੱਖ ਨਾ ਰਹੇ ਯਾਰੀ ਤੇਰਾ ਕੱਖ ਨਾ ਰਹੇ ਕੱਖ ਨਾ ਰਹੇ ਨੀ ਤੇਰਾ ਕੱਖ ਨਾ ਰਹੇ ਜਾਣੀ ਤੇਰਾ ਕੱਖ ਨਾ ਰਹੇ ਜਾਣੀ ਤੇਰਾ ਪੋਰਾ ਨਾ ਰਹੇ ਬਹੁਤ ਸੋਹਣਾ ਗਾਣਾ ਯਾਰ ਤੁਹਾਡੀ ਵਾਰੀ ਵਾਰੀ ਤਾਰੀਫ ਕਰਨ ਵਿੱਚ ਹੀ ਕਰੀ ਜਾਂਦਾ ਹੁੰਦਾ ਜਦੋਂ ਸੁਣਦੇ ਹਾਂ ਅਤੇ ਜਦੋਂ ਘਰੇ ਸੁਣਾਉਂਦੇ ਹੋ ਜਾਂ ਫਿਰ ਯਾਰਾਂ ਮਿੱਤਰਾਂ 'ਚ ਬਹਿ ਕੇ ਸੁਣਾਉਂਦੇ ਹੋ ਉੱਥੇ ਕਿੱਦਾਂ ਰਿਸਪੋਂਸ ਆਉਂਦਾ ਫਿਰ ਉਹ ਬਾਈ ਵਧੀਆ ਕਹਿੰਦੇ ਨੇ ਵੀ ਵਧੀਆ ਗਾਉਂਦਾ ਜੀ ਫਿਰ ਤਾਂ ਦੋਸਤ ਕਹਿੰਦੇ ਨੇ ਯਾਰ ਵੀ ਜਦੋਂ ਤੂੰ ਵੀਡੀਓ ਕਰਦਾ ਮੈਨੂੰ ਵੀਡੀਓ 'ਚ ਲੈ ਲਿਆ ਕਰ ਯਾਰ ਹਾਂ ਹਾਂ ਵੀਰੇ ਹੁਣ ਕੀਤੀ ਆ ਵੀਡੀਓ ਪਿੱਛੇ 5-7 ਦੀ ਮੈਂ ਆਪ ਹੀ ਫੋਨ ਕਰ ਦੇਣਾ ਵੀ ਬਾਈ ਆ ਜਾਓ ਜਿਹੜਾ ਚੱਲ ਹੁਣ ਜੋਗਾ ਆ ਜਾਂਦਾ ਵੀਰੇ ਜਿਹਨੂੰ ਸ਼ੌਂਕ ਹੁੰਦਾ ਉਹ ਆ ਜਾਂਦਾ ਕੀ ਹੈਗੇ ਨੇ ਭਾਈ ਆਪਣੇ ਜਿੰਨੇ ਕੁ ਜੋਗਾ ਯਾਰਾਂ ਦੋਸਤਾਂ ਨੇ ਵੀਰੇ ਨਾਲ ਕਰੀ ਜਾਂਦੇ ਹਾਂ ਜਿੱਥੇ ਲੋੜ ਹੋਊਗੀ ਉੱਥੇ ਨਾਲ ਵੀ ਲੈ ਕੇ ਜਾਵਾਂਗੇ ਇੱਥੇ ਹੈ ਨਾ ਜਦੋਂ ਫਿਰ ਮਨੀ ਪਹਿਲੀ ਵਾਰੀ ਸਟੂਡੀਓ ਦੇ ਵਿੱਚ ਗਿਆ ਸੀ ਪਹਿਲਾ ਗਾਣਾ ਰਿਕਾਰਡ ਕਰਨਾ ਸੀ ਉਦੋਂ ਕਿੱਦਾਂ ਦੀ ਫੀਲਿੰਗ ਸੀ ਉਦੋਂ ਮੈਂ ਵੀਰੇ ਉਦੋਂ ਬਾਈ ਕਲਿੱਕ ਵੀ ਨਹੀਂ ਪਤਾ ਦੀ ਅਤੇ ਬਾਈ ਮੈਂ ਫਿਰ ਲਾਇਆ ਕਿਹੜੇ ਹੈ ਨਾ ਪ੍ਰੇਮ ਪਿਆਰ ਜਿਹਾ ਬਣਾਇਆ ਮਿਊਜ਼ਿਕ ਵਾਲਿਆਂ ਨਾਲ ਅਤੇ ਜਾਇਆ ਆ ਮੈਂ ਦੋ ਦਿਨ ਇੱਦਾਂ ਹੀ ਡੰਮੀਆਂ ਬਣਾ ਲੈਣੀਆਂ ਜਿਹੜੀ ਨਹੀਂ ਵੀ ਕਰਨੀ ਉਹ ਵੀ ਬਣਾ ਲੈਣੀ ਤਾਂ ਹੁਣ ਬਾਈ ਬਾਹਲਾ ਪਤਾ ਲੱਗ ਗਿਆ ਹੁਣ ਬਾਈ ਨਾਲ ਬੈਠ ਰਹਿੰਦਾ ਮਾਸਟਰ ਮਾਇੰਡ ਬਾਈ ਆ ਵੀਰੇ ਮੱਲੀ ਆ ਬਾਈ ਦਾ ਨਾਮ
ਜਿਹੜਾ ਰੀਅਲ ਨੇਮ ਆ ਬਾਈ ਦਾ, ਅਤੇ ਹੁਣ ਬਾਈ ਦਾ ਗਾਣਾ ਵੀ ਆਇਆ ਲੱਖੀ ਘੁੰਮਣ ਨਾਲ, ਦੱਲਿਆਂ ਦੀ ਯਾਰੀ ਆਇਆ ਆਰ ਆਰ ਉਹਦੇ ਨਾਲ, ਦੱਲਿਆਂ ਦੀ ਯਾਰੀ ਆਇਆ ਵੀਰੇ ਉਹਨਾਂ ਨਾਲ, ਲਵ ਹੀਰਾ ਜੀ ਨਾਲ, ਲੱਖੀ ਘੁੰਮਣ ਵੀਰੇ ਨਾਲ, ਹਾਂ ਵੀਰੇ ਉਹਨਾਂ ਨਾਲ ਆਪਾਂ ਕੇਰਾ ਬਾਈ ਨੇ ਮਿਲਾਤਾ ਮੈਨੂੰ, ਅਤੇ ਉਹਨਾਂ ਨਾਲ ਪਿਆਰ ਹੈਗਾ, ਅਤੇ ਬਾਈ ਨਾਲ ਫਿਰ ਬੈਠੇ ਰਹੀਦਾ ਕਈ ਵਾਰ ਤਾਂ ਬਾਈ, ਉੱਥੇ ਹੀ ਪੈ ਜਾਈਦਾ ਵੀਰਾ ਕਹਿੰਦਾ, ਇੱਥੇ ਹੀ ਪੈ ਜਾ, ਉੱਥੇ ਪੈ ਜਾਈਦਾ ਵੀਰੇ, ਅਤੇ ਫਿਰ ਬਾਈ ਨਾਲ ਹੀ। ਅਤੇ ਇਕੱਲੀ ਸਿੰਗਿੰਗ ਲਾਈਨ 'ਚ ਅੱਗੇ ਜਾਣਾ ਜਾਂ ਫਿਰ ਫਿਲਮਾਂ ਫੁਲਮਾਂ 'ਚ ਵੀ ਜਾਣਾ ਅੱਗੇ? ਹਾਲੇ ਤਾਂ ਬਾਈ ਸਿੰਗਿੰਗ ਆ, ਜੇ ਤਾਂ ਸਿੰਗਿੰਗ ਤਾਂ ਬਾਈ ਜ਼ਿਆਦਾ ਫਿਲਮਾਂ 'ਚ ਤਾਂ ਹੀ ਜਾਂਦੇ ਨੇ, ਇੱਧਰ ਕੰਮ ਖੜ ਜਾਂਦਾ, ਇੱਧਰ ਦੱਬ ਕੇ ਰੱਖਣਾ ਵੀਰੇ ਪੂਰਾ, ਜਾਂ ਲੋੜ ਪਈ ਪਾ ਜਾਂ ਕੋਈ ਵਧੀਆ ਚੀਜ਼ ਕਰਾਂਗੇ ਬਾਈ, ਉਈ ਨਹੀਂ ਵੀ ਮਜ਼ਾਕ ਜਿਹਾ ਬਣ ਜਾਈਏ ਕਿਸੇ ਮੂਹਰੇ, ਕੁੜੀ ਮੂਹਰੇ ਉਈ ਗਿੜਗਿੜ ਜਾਈਏ, ਉਹ ਤਾਂ ਜਮ੍ਹਾਂ ਹੀ ਨਹੀਂ ਕਰਨਾ। ਹਾਂ ਬਾਈ, ਅਤੇ ਜਾਂਦੇ ਜਾਂਦੇ ਇੱਕ ਫਿਰ ਨਾ ਉਹ ਗਾਣਾ ਹੋ ਜਾਏ ਜਿਹੜਾ ਤੁਹਾਡੇ ਦਿਲ ਨੂੰ ਜ਼ਿਆਦਾ ਵਧੀਆ ਲੱਗਦਾ ਵੀ, ਹਾਓ ਜਿਹੜੇ ਰੰਨਾ ਦੇ ਸੀ ਲੱਕ ਮਿਣਦੇ, ਨੀ ਮੈਂ ਆਸਲੇ ਤੇ ਗਾਉਣ ਲਾਤੇ ਨੀ, ਆਓ ਤੇਰੇ ਬੰਬੇ ਬੁੰਬੇ ਵਾਲੇ ਮਿੱਠੀਏ, ਨੀ ਮੈਂ ਮੂਸੇ ਪਿੰਡ ਆਉਣ ਲਾਤੇ ਨੀ, ਆਓ ਅਣਖੀ ਆ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ, ਹਉ ਤੇਰੇ ਇੱਕੀਆਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ, ਹਉ ਤੇਰੇ ਇੱਕੀਆਂ ਸਾਲਾਂ ਦੇ ਜੱਟ ਨੂੰ ਹਉ ਬਾਈ ਬਾਈ ਕਹਿੰਦੀ ਦੁਨੀਆ। ਇਹ ਗਾਣੇ ਨੂੰ ਸੁਣ ਕੇ ਤੁਹਾਨੂੰ ਤਾਂ ਮਤਲਬ ਐਂ ਫੀਲ ਨਹੀਂ ਹੁੰਦਾ ਹੋਣਾ ਵੀ ਗਾਣਾ ਮੇਰੇ ਲਈ ਬਣਿਆ ਹੈ? ਨਹੀਂ ਨਹੀਂ ਬਾਈ, ਹਾਲੇ ਤਾਂ ਚੱਲੀ ਜਾਂਦਾ ਯਾਰ, ਯਾਰ ਹੁਣ ਲੱਗੂ ਫਿਰ ਬਾਹਲਾ ਹੋਊਗਾ, ਵਾ ਉਹ ਕਰਾਉਣ 'ਤੇ ਹੀ ਲੱਗੇ ਹਾਂ ਬਾਈ, ਬਾਈ ਬਾਈ ਹਾਂ, ਕਿਉਂਕਿ ਤੁਹਾਡੀ ਆਵਾਜ਼ ਜ਼ਿਆਦਾਤਰ ਸਿੱਧੂ ਬਾਈ ਨਾਲ ਮਿਲਦੀ ਵੀ ਆ, ਤੁਹਾਡਾ ਟੱਚ ਵੀ ਉਹੀ ਗਾਣ ਵਾਲਾ, ਤੁਹਾਡੀ ਉਮਰ ਵੀ 21 ਸਾਲ ਹੈ, ਅਤੇ ਜਦੋਂ ਹੁਣ ਗਾਣਾ ਗਾਇਆ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿ, ਬਾਲੇ ਮੂੰਹ ਉੱਪਰ ਚੜੇ ਹੋਏ ਨੇ ਬਾਈ, ਇਹ ਤਾਂ ਜਿੰਨਾ ਵੀ ਮੂੜ ਹੋਵੇ ਤਾਂ ਹੀ ਗਾਈ ਜਾਂਦੇ ਵੀਰੇ, ਤਾਂ ਕਰਕੇ ਮੈਂ ਸੁਣਾ ਤਾ ਜ਼ਿਆਦਾ। ਬਾਈ ਧੰਨਵਾਦ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ। ਸ਼ੁਕਰੀਆ ਜੀ। ਨਵੇਂ ਨਵੇਂ ਪੋਡਕਾਸਟਾਂ ਦੇ ਵਿੱਚ ਮਿਲਦੇ ਰਹਾਂਗੇ ਅਤੇ ਨਵੇਂ ਨਵੇਂ ਬੰਦਿਆਂ ਦੇ ਨਾਲ, ਬਾਈਆਂ ਦੇ ਨਾਲ ਗੱਲਬਾਤ ਕਰਾਉਂਦੇ ਰਹਾਂਗੇ। ਬਾਈ ਹੋਣੀ ਸਿੰਗਿੰਗ ਦੇ ਲਾਈਨ ਦੇ ਵਿੱਚ ਉਤਰੇ ਨੇ ਅਤੇ ਬਾਈ ਉਹਨਾਂ ਦੀ ਆਵਾਜ਼ ਸੁਣ ਕੇ ਦਿਲ ਨੂੰ ਸਕੂਨ ਮਿਲਦਾ। ਬਾਈ ਹੋਣੀ ਬਹੁਤ ਹਿੱਕ ਦੇ ਜ਼ੋਰ ਨਾਲ ਗਾਉਂਦੇ ਨੇ ਅਤੇ ਬਹੁਤ ਖੁੱਲ੍ਹਾ ਗਲਾ, ਜਿਵੇਂ ਸਿੱਧੂ ਬਾਈ ਗਾਉਂਦਾ ਸੀ ਨਾ, ਇੰਡਸਟਰੀ ਦੇ ਵਿੱਚ ਦੂਜਾ ਸਿੱਧੂ ਆ ਗਿਆ, ਅਤੇ ਕਲਿੱਕਾਂ ਐਵੇਂ ਪੈਂਦੀਆਂ ਰਹਿਣਗੀਆਂ। ਬਾਈ ਦੇ ਪ੍ਰੋਜੈਕਟ ਨਵੇਂ ਆ ਰਹੇ ਨੇ, ਦੇਖਿਓ ਜ਼ਰੂਰ। ਧੰਨਵਾਦ।